ਤੁਸੀਂ ਆਪਣੇ ਕਬੂਤਰ ਨੂੰ ਕਦੀ ਇਹ ਖੁਰਾਕ ਬਣਾ ਕੇ ਦੇਣਾ ਸੁਬਾਹ ਦੇ ਟਾਈਮ ਪਿਸਤੇ ਵਾਲੀ ਬਦਾਮ ਵਾਲੀ ਤੇ ਤੁਸੀਂ ਚੈੱਕ ਕਰਨਾ ਬਦਾਮ ਤੇ ਆਲਰੇਡੀ ਦੇ ਦੇ ਪਿਸਤਾ ਡਾਣ ਪਾਣਾ ਪਿਸਤਾ ਪਾ ਲਓ ਕਾਜੂ ਪਾ ਲਓ ਖਰੋਟ ਪਾ ਲਓ ਚੰਗੋਜ਼ਾ ਪਾ ਅੰਜੀਰ ਵੀ ਪਾਉਂਦੇ ਨੇ ਕਈ ਲੋਕ ਉਹ ਤੇ ਫਿਰ ਆਪਣੀ ਹੈ ਨਾ ਕੈਟਾਗਰੀ ਅੰਜੀਰ ਨਹੀਂ ਪਾਣੀ ਚਾਹੀਦੀ ਅੱਛਾ ਹਾਂ ਮਿੱਠੀ ਨਹੀਂ ਨਹੀਂ ਉਹ ਕੱਢ ਕੇ ਮਿੱਠਾ ਪਾਏ ਨੂੰ ਪਾਣੀ ਨਹੀਂ ਚਾਹੀਦੀ ਸੁਬਾਹ ਦੀ ਖੁਰਾਕ ਦੇ ਵਿੱਚ ਅੱਛਾ ਜੀ ਆਹੋ ਉਹ ਰਾਤ ਨੂੰ ਪਾਣੀ ਚਾਹੀਦੀ ਇਹ ਜਿਹੜੀ ਰੈਸ਼ ਵਾਲੀ ਗੱਲ ਤੁਸੀਂ ਦੱਸ ਰਹੇ ਹੋ ਇਹ ਕਿਸ ਤਰ੍ਹਾਂ ਬਣਾਉਣੀ ਹੈ ਡਰਾਈ ਫਰੂਟਾਂ ਦੀ ਪੀਸ ਕੇ ਆਰਡਰ ਕਰ ਲਓ ਆਰਡਰ ਕਰਨ ਤੋਂ ਬਾਅਦ ਇਹਦੇ 2-3 ਕਤਰੇ ਸ਼ਹਿਦ ਦੇ ਪਾ ਲਓ ਸੁਬਾਹ ਜਾਂਦੇ ਹਾਂ ਉਹਨੂੰ ਇਕੱਠਾ ਕਰਕੇ ਨਾ ਜਾਂ ਮਨੱਕਾ ਪਾ ਲਓ ਉਹਨੂੰ ਇਕੱਠਾ ਕਰਕੇ ਅਤੇ ਉਹਦੀਆਂ ਗੋਲੀਆਂ ਵੱਟ ਲਓ ਕਾਲੇ ਚਨੇ ਗੋਲੀ ਤੋਂ ਸ਼ੁਰੂ ਕਰੋ 3-4-5 ਤੱਕ ਲੈ ਜਾਓ ਛੋਟੀਆਂ ਛੋਟੀਆਂ ਹਾਂ ਕਾਲੇ ਚਨੇ ਦੇ ਬਰਾਬਰ ਜਿਵੇਂ 5 ਦਾਣੇ ਚਨੇ ਦੇ ਪਾ ਲਏ ਹਾਂ ਉਹੀ 5 ਦਾਣੇ ਇਹਦੇ ਪਾ ਲਓ ਕਹਿੰਦੇ ਜੀ ਮਿਕਦਾਰ ਕੀ ਰੱਖਣੀ ਹੈ ਮਿਕਦਾਰਾਂ ਸਾਡਾ ਬੜਾ ਰੋਲ ਆਉਂਦਾ ਕਹਿੰਦਾ ਤੁਸੀਂ ਸਕਿਪ ਕਰ ਜਾਂਦੇ ਹੋ ਮਿਕਦਾਰਾਂ ਅਕਸਰ ਕੋਈ ਤੇ ਚੀਜ਼ ਦੱਸਦੀ ਹੋਈ ਆ ਯਕਸਾ ਮਿਕਦਾਰ ਦੀਆਂ ਅੱਛਾ ਯਾਨੀ ਕਿ 5 ਦਾਣੇ ਤੁਸੀਂ ਬਦਾਮ ਦੇ ਲੈਣੇ 5 ਕਾਜੂ ਦੇ ਲੈ ਲਓ 5 ਪਿਸਤੇ ਦੇ ਲੈ ਲਓ 2 ਦਾਣੇ ਖਰੋੜ ਦੇ ਪਾ ਲਓ ਹੋਰ ਚੰਗੋ ਦੇ ਪਾ ਲਓ 3 ਦਾਣੇ ਹਮ ਵਜ਼ਨ ਚੀਜ਼ਾਂ ਲੈ ਹਮ ਵਜ਼ਨ ਉਹਨਾਂ ਦਾ ਪਾਊਡਰ ਬਣਾ ਲਓ ਪੀਸ ਕੇ ਉਹਨੂੰ 2 ਕਤਰੇ ਸ਼ਹਿਦ ਦੇ ਪਾ ਲਓ ਨਹੀਂ ਪਾਣੇ ਤੇ 1 ਮਿਨਕਾ ਭਿਉਂ ਕੇ ਰੱਖਿਆ ਹੋਵੇ ਰਾਤ ਨੂੰ 2 ਹੁਣ ਚੰਗੀ ਤਰ੍ਹਾਂ ਨਿਚੋੜ ਲਓ ਮਿੱਠਾ ਕੱਢ ਕੇ ਉਹ ਵਿੱਚ ਪਾ ਕੇ ਤੇ ਗੋਲੀਆਂ ਵੱਟ ਲਓ ਆ ਕਾਲੇ ਚਨੇ ਦੇ ਬਰਾਬਰ 1-2 ਤੋਂ ਸ਼ੁਰੂ ਕਰੋ 4 ਵਜੇ ਦੇਣੀ ਹੈ ਗੱਲ ਸੁਣ ਲਓ ਮੇਰੀ ਭਾਵੇਂ ਤੁਸੀਂ ਡਾਣੇ ਨੇ 5:30 ਵਜੇ ਭਾਵੇਂ ਡਾਣੇ ਨੇ 5 ਵਜੇ 1 ਘੰਟਾ ਪਹਿਲੇ ਕਬੂਤਰ ਨੂੰ ਪਲਟੀ ਜਾ ਪਲਟ ਕੇ ਉਹਨੂੰ ਛੱਡ ਦਿਓ 5 ਮਿੰਟ ਉਹ ਆਪਣਾ ਜਿਸਮ ਆਪਣੀ ਜਗ੍ਹਾ ਤੇ ਲੈ ਗਿਆ ਨਹੀਂ ਕਰਾਉਣਾ ਖਾ ਲਈਦਾ ਵਾੜਾ ਸੀ ਬੰਦੇ ਕੋ ਗਰਾ ਬਿਮਾਰ ਹੋ ਜਾਂਦਾ ਇਸੇ ਤਰ੍ਹਾਂ ਤੁਸੀਂ ਭਾਜੀ ਉਹਨੂੰ ਪਲਟ ਕੇ 5-10 ਮਿੰਟ ਫਿਰਨ ਦਿਓ ਉਸ ਤੋਂ ਬਾਅਦ ਉਹਨੂੰ 3 ਸੀਸੀ ਪਾਣੀ ਦਿਓ ਉਸ ਤੋਂ ਬਾਅਦ ਉਹ ਫਿਰ 5 ਮਿੰਟ ਛੱਡੋ ਫਿਰ ਸੈੱਟ ਹੋ ਜਾਏ ਫਿਰ ਉਹਨੂੰ ਭਾਜੀ ਐਂ ਖੁਰਾਕ ਦਿਓ ਅਤੇ ਨਾਲ 5 ਸੀਸੀ ਪਾਣੀ ਦੇ ਦਿਓ ਪਾਣੀ ਕੰਮ ਹੀ ਰੱਖਣਾ 10 ਸੀਸੀ ਪਾਣੀ ਦੇਈਦਾ ਸੁਬਾਹ ਦੇ ਟਾਈਮ ਉਹਦੇ ਤੁਸੀਂ ਮਕਦਾਰਾ ਬਣਾ ਲਓ 2 ਸੀਸੀ 3 ਸੀਸੀ 5 ਸੀਸੀ ਉਹਦੇ ਨਾਲ 2 ਸੀਸੀ 3 ਸੀਸੀ ਦੇ ਦਿਓ ਬਗਾਇਆ ਜਾਂਦਾ ਜੇ ਤੁਸੀਂ ਪਲਟਦੇ ਹੋ ਨਾ ਕਬੂਤਰ ਨੂੰ ਉਦੋਂ ਲਾਜ਼ਮੀ 2-3 ਸੀਸੀ ਪਹਿਲੇ ਪਾਣੀ ਦਿਆ ਕਰੋ ਤਾਂ ਕਿ ਉਹ ਬਿੱਠ ਮਾਰੇ ਸਾਫ਼ ਹੋ ਜਾਵੇ ਜਿਹੜਾ ਅੰਦਰ ਨਹੀਂ ਰਹਿ ਗਿਆ ਉਸ ਤੋਂ ਬਾਅਦ ਉਹਨੂੰ ਫਿਰ ਭਾਜੀ ਖੁਰਾਕ ਦਿਓ ਉਹਦੇ ਨਾਲ 5 ਸੀਸੀ ਪਾਣੀ ਦੇ ਦਿਓ 1.5 ਘੰਟੇ ਬਾਅਦ ਮੁਨਸਬਾ ਬਿਸਮਿਲਾ ਪੜ੍ਹ ਕੇ ਮੋਹਰਾਂ ਲਵਾ ਦਿਓ ਮੋਹਰਾਂ ਲਵਾ ਦਿਓ ਸਹੀ ਹੁਕਮ ਨਾਲ ਕਬੂਤਰ ਖਤਾ ਹੀ ਨਹੀਂ ਕਰੇਗਾ ਸਹੀ ਕਹਿ ਰਹੇ ਹੋ